वाहिगुरु जी का खालसा वाहिगुरु जी की फतेह। हुण जी दुपहर दा टाइम है जी 11 बजे दा। डैडी बाहर जाके आए ने ते आके कहिंदे लस्सी पीणी है क्योंकि बाहर बैठिआं नूं पहलां रोटी खा के गए सी सवेर दी प्यास लग जांदी है ते आके लस्सी पी लैंदे ने। चलो जी आपां डैडी नूं लस्सी दे के आने ते दीदी भी आई हुई है जी तुहानूं उहनां नाल भी बुलांदे हैं पेके घर। ठीक है जी कपड़े ले आओ मम्मी तह मार दे ना बैठे बैठे नाले गल्ला कर तह लग जाएंगे मेरे कपड़े हूं लेके आओ कपड़े बहुत हो गए ना तुम्हारे हुए मम्मी ते दीदी नाले गल्लां मार लैणगे नाले मेरे कपड़े दी तह लग जूगी जी ते फिर मैं उधर सब्जी दा करदी आ। दीदी आए हुए जी मिलन ते मम्मी ते दीदी इधर गल्लां सारे जने डैडी ते प्रतीक दे पापा इत्थे बैठे गल्लां कर रहे सी मेरे कल कपड़े तार गए सारे उठ के आ गए दोपहर का टाइम है। मैं साफ कर ली दिल नहीं लगे मैं क्या साफ सुबह उधर ही चल रहे हैं तो ना मेरी छुट्टियां कटन आई है ना दो वाली छुट्टियां हो गई है लाया मां दो चार दिन ਕਾਲ ਠੀਕ ਆ ਆਣਾ ਵੀ ਚਾਹੀਦਾ ਪੁਰਾ ਨਿਕੜੇ ਨਿਕੜੇ ਹੋਰ ਆ ਵਾਈ ਨੰਬਰ ਨਾਲ ਚੁੱਪੀ ਕਰੇ ਆਣਾ ਹੀ ਔਖਾ ਹੁਣ ਤਾਂ ਰਹੀ ਮਾਸਾ ਦੇ ਸਹੀ ਨਾ ਹੁਣ ਦਾ ਆਇਆ ਨਾ ਨਾ ਇਹ ਕੰਮ ਨਹੀਂ ਕਰੇਗਾ ਨਾ ਇਹ ਤੇ ਕੰਮ ਕਰ ਨਹੀਂ ਤਾਂ ਐਮੀ ਵੀ ਲਗਾ ਦੇ ਤੈ ਵੀ ਲਾ ਦੇ ਨਾ ਸਾਰੇ ਚਲ ਆ ਵੀ ਨਿਪੜ ਗਏ ਸਭ ਇਹ ਦੋ ਜਣੇ ਦਾ ਕੰਮ ਤਾਂ ਕਰਨੇ ਕੱਪੜੇ ਦੇ ਥੋੜੇ ਦੇ ਬੰਦੇ ਦੋ ਤੇ ਸਾਰਾ ਦੋ ਭਰੀਆਂ ਹੋਈਆਂ ਨੇ ਸਾਰਾ ਦੋ ਨੂੰ
ਘੱਟ ਹੋ ਜਾਣਗੇ ਉਹ ਥੋੜੇ ਵਾਲ ਪੀਲੇ ਉਹ ਹਵਾ ਵੀ ਕਿੰਨੀ ਚੱਲ ਰਹੀ ਧੁੱਪ ਵੀ ਹੈਗੀ ਹੈ ਨਾ ਕੁੜੀਆਂ ਦਾ ਫਰਕ ਹੁੰਦਾ ਕੁੜੀਆਂ ਦਾ ਅਗਲਾ ਕੰਮ ਵੀ ਲੱਗ ਹੁੰਦਾ ਹੈ ਕੱਟ ਲਈ ਜੀ ਹੁਣ ਆਪਾਂ ਸਬਜ਼ੀ ਤੜਕਾਂਗੇ ਇੱਥੇ ਤੇ ਇੱਧਰ ਸਬਜ਼ੀ ਤਾਂ ਰੋਜ਼ ਹੀ ਬਣਾਉਂਦੇ ਹਾਂ ਤੇ ਦੀਦੀ ਨੂੰ ਪੁੱਛਿਆ ਕੀ ਮਿੱਠਾ ਖਾਣਾ ਦੀਦੀ ਕਹਿੰਦੀ ਖੀਰ ਬਣਾ ਲਓ ਤੇ ਪ੍ਰਸ਼ਾਦ ਨਹੀਂ ਮੈਂ ਖਾਂਦੀ ਤੇ ਹੁਣ ਖੀਰ ਬਣਾ ਰਹੇ ਹਾਂ ਜੀ ਇੱਧਰ ਦੁੱਧ ਧਰਿਆ ਖੀਰ ਵਾਸਤੇ ਇੱਧਰ ਆਪਾਂ ਸਬਜ਼ੀ ਤੜਕਾਂਗੇ ਇੱਧਰ ਆਪਾਂ ਚੌਲ ਪਾ ਦਾਂਗੇ ਦੁੱਧ 'ਚ ਨਾਲ ਦੀ ਨਾਲ ਖੀਰ ਬਣ ਜੂਗੀ ਆਪਣੀ ਅਤੇ ਸਬਜ਼ੀ ਬਣ ਜੂਗੀ ਇੱਧਰ ਸਬਜ਼ੀ ਤਾਂ ਬਹੁਤ ਵਾਰੀ ਸ਼ੇਅਰ ਕੀਤੀ ਹੋਈ ਹੈ ਖੀਰ ਵੀ ਅਤੇ ਫਿਰ ਬਣੀ ਤੋਂ ਦਿਖਾਵਾਂਗੇ ਜੀ ਹੁਣ ਆਪਾਂ ਨੇ ਇਹ ਖੀਰ ਰੱਖਤੀ ਇੱਧਰ ਆਪਣੀ ਸਬਜ਼ੀ ਬਣ ਜੂਗੀ ਗੈਸ ਚੱਲ ਰਿਹਾ ਇਹ 'ਚ ਪਾ ਦਾਂਗੇ ਆਪਾਂ ਹੁਣ ਲਸਣ ਇੱਧਰ ਆਪਾਂ ਨੇ ਸਬਜ਼ੀ ਵੀ ਤੜਕਤੀ ਸਬਜ਼ੀ ਰਿੱਝ ਰਹੀ ਹੈ ਇਹਨੂੰ 10 ਕੁ ਮਿੰਟ ਲੱਗਣਗੇ ਬਣ ਜੂਗੀ ਇੱਧਰ ਆਪਣੀ ਸਬਜ਼ੀ ਵੀ ਬਣ ਜੂਗੀ ਤੜਕੀ ਗਈ ਇੱਧਰ ਆਪਣੀ ਖੀਰ ਰਿੱਝ ਰਹੀ ਹੈ ਇਹ ਦੇਖੋ ਨਾਲ ਦੀ ਨਾਲ ਖੀਰ ਬਣ ਜੂਗੀ ਇਹਦੇ ਇਹਦੇ 'ਚ ਆਪਾਂ ਨੇ ਛੋਟੀ ਇਲਾਇਚੀ ਵੀ ਪਾਤੀ ਵਧੀਆ ਖੁਸ਼ਬੂ ਜੀ ਹੋ ਜਾਂਦੀ ਹੈ ਜੀ ਖੀਰ 'ਚ ਇਲਾਇਚੀ ਨਾਲ ਅਤੇ ਇੱਧਰ ਆਪਣੀ ਖੀਰ ਰਿੱਝ ਰਹੀ ਹੈ ਖੀਰ ਬਣ ਜੂਗੀ ਅਤੇ ਸਬਜ਼ੀ ਬਣ ਜੂਗੀ ਇੰਨੇ ਆਪਾਂ ਆਟਾ ਗੁੰਨ ਲੈਂਦੇ ਹਾਂ ਆਟੇ ਦੀ ਕਣੀ ਮਰ ਜੂਗੀ ਚਲੋ ਠੀਕ ਹੈ ਜੀ ਆਟਾ ਗੁੰਨ ਲੈਂਦੇ ਹਾਂ ਜੀ ਅਤੇ ਆਪਾਂ ਹੁਣ ਸਬਜ਼ੀ ਅਤੇ ਖੀਰ ਪਾਵਾਂਗੇ ਜੀ ਥਾਲੀ ਵਿੱਚ ਆਹ ਦੇਖੋ ਕਿੰਨਾ ਸੋਹਣਾ ਫੁਲਕਾ ਬਣ ਰਿਹਾ ਕਿੰਨਾ ਸੋਹਣਾ ਅਤੇ ਗੈਸ ਸਿਮ ਕਰ ਦਾਂਗੇ ਨਾਲ ਦੀ ਨਾਲ ਪੱਕ ਜੂਗੀ ਹੋਰ ਗਰਮਾ ਗਰਮ ਪ੍ਰਸ਼ਾਦੇ ਸਬਜ਼ੀ ਪਾ ਦਾਂਗੇ ਜੀ ਇੱਧਰ ਖੀਰ ਦਹੀਂ ਪੁੱਛ ਲੈਂਦੇ ਹਾਂ ਜੀ ਮਿੱਠੇ ਨਾਲ ਫਿਰ ਦਹੀਂ ਚੰਗਾ ਨਹੀਂ ਲੱਗਦਾ ਗਰਮ ਨਾ ਹੋਵੇ ਗਰਮ ਹੋਵੇ ਸਬਜ਼ੀ ਗਰਮ ਗਰਮ ਹੋਵੇ ਵਧੀਆ ਬਣ ਸਕਦੀ
ਦੋਵੇਂ ਪਾਸੇ ਹੋ ਗਈ। ਮੈਂ ਕਿਹਾ ਚੱਲ ਪ੍ਰਸ਼ਾਦ ਨਹੀਂ ਬਣਾਉਂਦੇ ਕੀ ਫਾਸਟਰ ਫਿਰ ਕੀ ਫਾਸਟਰ ਬਣਾਉਂਦੇ ਜੀ ਖੀਰ ਪਾਣੀ ਹੈ ਮੈਂ ਚੱਲ ਬਣਾਉਣਾ ਹੀ ਹੈ ਸਬਜ਼ੀ ਤਾਂ ਆਪਾਂ ਬਣਾਉਂਦੇ ਹੀ ਹੈ ਵੈਸੇ ਅਰਬੀ ਕੀ ਬਣਾਈ ਜੇ ਸਵੇਰੇ ਬਣਾਈ ਤੁਸੀਂ ਤੁਸੀਂ ਖਾਂਦੇ ਹੀ ਹੈ ਨਾ ਅਰਬੀ ਨਾ। ਚਲੋ ਠੀਕ ਹੈ ਜੀ ਪਰਮਾਤਮਾ ਸਭ ਦਾ ਭਲਾ ਕਰੇ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ। ਅਗਲੀ ਵੀਡੀਓ 'ਚ ਫਿਰ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 3 ਅਕਤੂਬਰ ਹੈ ਜੀ ਅਤੇ ਸਾਡੇ ਕੋਲ ਸਭ ਤੋਂ ਪਹਿਲਾਂ ਕਮੈਂਟ ਆਇਆ ਹੋਇਆ ਸੀ ਅਟਵਾਲ ਕੌਰ ਜੀ ਵੱਲੋਂ ਕਿ ਇਹਨਾਂ ਦੇ ਭਤੀਜੇ ਏਕਮ ਸਾਂਗਰਾ ਦਾ ਅੱਜ ਬਰਥਡੇ ਹੈ। ਹੈਪੀ ਬਰਥਡੇ ਏਕਮ, ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅਤੇ ਚੜ੍ਹਦੀ ਕਲਾ 'ਚ ਰੱਖੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।